ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਬੈੱਲ ਆਈਕੋਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਸਾਡੇ ਵੀਰਾਂ ਤੱਕ ਪਹੁੰਚੇ। ਦੋਸਤੋ, ਅੱਜ ਅਸੀਂ ਅਨਮੋਲ ਚੈਨਲ 'ਤੇ ਦੋ ਮੱਝਾਂ ਸੇਲ ਕੀਤੀਆਂ ਨੇ ਸਾਡੇ ਬਾਈ ਨੇ ਖਾਲਸ ਸਾਹਿਬ ਲਾਲਾ ਮੂਸਾ ਖਾਰੀਆਂ ਤੋਂ। ਉਹ ਜਨਾਬ ਆਏ ਨੇ, ਉਹਨਾਂ ਨੂੰ ਬੁਲਾਵਾਂਗੇ, ਉਹਨਾਂ ਕੋਲ ਪੁੱਛਾਂਗੇ ਕਿ ਜਨਾਬ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ, ਦੋ ਮੱਝਾਂ ਤੁਸੀਂ ਲਈਆਂ ਨੇ, ਕਿੰਨੇ ਦੀਆਂ ਲਈਆਂ ਨੇ। ਤੁਸੀਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿ ਖਾਲਸ ਸਾਹਿਬ ਤੁਸੀਂ ਇੱਥੇ ਬੈਠੋ ਅਤੇ ਅਸੀਂ ਜਾ ਰਹੇ ਹਾਂ, ਮੱਝਾਂ ਲੱਭ ਕੇ ਤੁਹਾਨੂੰ ਫੋਨ ਕਰਾਂਗੇ। ਉਹਨਾਂ ਨੇ ਜਨਾਬ ਦੋ ਮੱਝਾਂ ਪਸੰਦ ਕਰਕੇ ਛੱਡੀਆਂ ਨੇ, 5 ਤੋਂ 6 ਦਿਨ ਹੋ ਗਿਆ ਉਹ ਇੱਥੇ ਆਏ ਨੇ। ਉਹਨਾਂ ਕੋਲ ਪੁੱਛਾਂਗੇ ਜਨਾਬ ਕਿ ਅਸੀਂ ਤੁਹਾਡੇ ਨਾਲ ਫੋਨ 'ਤੇ ਗੱਲ ਕਰਦੇ ਸੀ, ਸਾਡਾ ਰਵੱਈਆ ਕਿਵੇਂ ਸੀ, ਅਤੇ ਤੁਸੀਂ ਜਨਾਬ ਸਾਡੇ ਕੋਲ ਆਏ ਹੋ, ਕਿਆ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ, ਜਾਂ ਅਸੀਂ ਤੁਹਾਡੀ ਇੱਜ਼ਤ ਕੀਤੀ ਹੈ, ਮਾੜੀ ਕੀਤੀ ਹੈ ਜਾਂ ਚੰਗੀ ਕੀਤੀ ਹੈ, ਤੁਸੀਂ ਖੁਦ ਹੀ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਾਂਗੇ। ਅਤੇ ਜਨਾਬ ਖਾਲਸ ਸਾਹਿਬ ਆਓ ਇੱਥੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਖਾਲਸ ਬਾਈ, ਤੁਸੀਂ ਇੱਥੇ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ? ਆਰਫ ਵਾਲੇ ਸਾਡੇ ਕੋਲ ਆਰਫ ਵਾਲੇ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ? ਖਾਰੀਆਂ ਤੋਂ। ਖਾਰੀਆਂ, ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਇਆਂ? ਅੱਜ ਹਫ਼ਤਾ ਹੋ ਗਿਆ ਸਾਨੂੰ ਆਇਆਂ। ਹਫ਼ਤਾ ਹੋ ਗਿਆ ਜੀ। ਤੁਸੀਂ ਸਾਡੇ ਨਾਲ ਫੋਨ 'ਤੇ ਸਾਡੀ ਵੀਡੀਓ ਦੇਖੀ, ਸਾਡੇ ਨਾਲ ਫੋਨ 'ਤੇ ਗੱਲ ਕੀਤੀ ਹੈ, ਤੁਹਾਨੂੰ ਕੋਈ, ਤੁਸੀਂ ਇੱਥੇ ਆਏ ਹੋ, ਸਾਡੇ اخلاق ਦੇ ਵਿੱਚ ਕੋਈ ਫਰਕ ਆਇਆ ਕਿ ਫੋਨ 'ਤੇ ਅਸੀਂ ਬੜੇ ਮਿੱਠੇ ਹੋ ਕੇ ਗੱਲ ਕਰਨੇ ਆ ਤੇ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਨਾਲ ਕੋਈ ਉਸ ਤਰੀਕੇ ਨਾਲ ਗੱਲ ਨਾ ਕੀਤੀ ਹੋਵੇ? ਬਹੁਤ ਅੱਛੇ ਸਾਡੇ ਨਾਲ ਵਰਤੇ ਨੇ, ਬਹੁਤ ਅੱਛੇ। ਤੁਸੀਂ ਦੋ ਮੱਝਾਂ ਪਸੰਦ ਕਰਕੇ ਛੱਡੀਆਂ, ਤੁਸੀਂ ਕਿਹਾ ਕਿ ਫੈਸਲ ਸਾਹਿਬ ਹੈ ਅਸੀਂ ਨਹੀਂ ਲੈਣੀਆਂ, ਨਹੀਂ ਲੈਣੀਆਂ, ਤੇ ਅਸੀਂ ਤੁਹਾਨੂੰ ਕਿਹਾ ਕਿ ਨਹੀਂ ਤੁਸੀਂ ਇਹ ਲਵੋ ਹੁਣ? ਨਾ, ਕੋਈ ਨਹੀਂ ਆਖਿਆ। ਤੁਹਾਨੂੰ ਲੈ ਕੇ ਪੂਰਾ ਨੀਲੀ ਦਾ ਇਲਾਕਾ ਫਰਾਇਆ? ਪੂਰਾ ਨੀਲੀ ਦਾ ਇਲਾਕਾ ਫਰਾਇਆ। ਜਾਂ ਤੁਹਾਨੂੰ ਕਿਹਾ ਹੋਵੇ ਕਿ ਖਾਲਸ ਸਾਹਿਬ ਤੁਸੀਂ ਇੱਥੇ ਬੈਠੋ ਤੇ ਅਸੀਂ ਜਾ ਰਹੇ ਹਾਂ, ਮੱਝਾਂ ਲੱਭ ਕੇ ਤੁਹਾਨੂੂੰ ਫੋਨ ਕਰਾਂਗੇ? ਨਾ, ਕੋਈ ਨਹੀਂ। ਤੁਹਾਡੇ ਸਾਹਮਣੇ ਹੋਈਆਂ ਨੇ ਸਾਰੀਆਂ ਗੱਲਾਂ, ਸਾਰੀਆਂ ਗੱਲਾਂ। ਇਹ ਮੱਝਾਂ ਤੁਸੀਂ ਦੋਨੇ ਕਿੰਨੇ ਦੀਆਂ ਲਈਆਂ ਨੇ? 6 ਲੱਖ ਦੀਆਂ। ਇਹ ਕਿੰਨਵਾਂ ਸੂਆ ਸੂਈਆਂ ਹੋਈਆਂ ਨੇ? ਦੂਜਾ ਦੂਸਰਾ ਸੂਆ। ਤੁਹਾਡੇ ਨਾਲ ਕੋਈ ਜ਼ਿਆਦੀ ਕੋਈ ਨਹੀਂ, ਕਿਸੇ ਤਰ੍ਹਾਂ ਦੀ ਕੀਤੀ ਹੋਵੇ? ਕਸਮ ਪੱਕੀ ਗੱਲ, ਪੱਕੀ ਗੱਲ। ਆਪਦੇ ਇਮਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ, ਇਹ ਨਹੀਂ ਕਿ ਸਾਡੇ ਮੂੰਹ ਤੇ ਖੜਿਆ ਤੇ ਤੂੰ ਕਵੇਂ ਕਿ ਮੈਂ ਹੁਣ ਫੈਸਲ ਦੀ ਤਾਰੀਫ ਕਰਦੇ ਆ? ਨਾ ਨਾ, ਤਾਰੀਫ ਨਹੀਂ। ਉੱਥੇ ਜਾਂਦੇ ਕਵੇਂ ਕਿ ਯਾਰ ਇਹ ਤਾਂ ਬੰਦਾ ਇਹ ਹੈਗਾ ਸੀ, ਬਾਅਦ ਵਿੱਚ ਕਮੈਂਟ ਕਰੇ? ਨਹੀਂ ਨਹੀਂ, ਇਹ ਗੱਲ, ਹਾਂ, ਤੂੰ ਜਿਹੜੀ ਸਹੀ ਗੱਲ ਹੈ ਨਾ ਉਹ ਹੀ ਕਰਨੀ। ਸਹੀ ਗੱਲ ਮੈਂ ਕੀਤੀ ਹੈ ਨਾ, ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਪਰੇਸ਼ਾਨੀ? ਪੱਕੀ ਗੱਲ, ਪੱਕੀ ਗੱਲ, ਠੀਕ ਹੋ ਗਿਆ। ਤੇ ਜਨਾਬ, ਹੁਣ ਅਸੀਂ ਬੁਲਾਵਾਂਗੇ ਜਿਨ੍ਹਾਂ ਨੇ ਮੱਝਾਂ ਸੇਲ ਕੀਤੀਆਂ ਨੇ, ਤੇ ਜਨਾਬ ਆਓ ਏਡੀ ਸਾਹਿਬ ਇੱਥੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕਿਹੜੀ ਸਾਹਿਬ, ਕੀ ਹਾਲ ਨੇ? ਠੀਕ ਹੈ ਬਾਈ, ਸ਼ੁਕਰ ਅੱਲਾਹ ਪਾਕ ਦਾ। ਅੱਛਾ ਜਨਾਬ, ਇਹ ਮੱਝਾਂ ਤੁਸੀਂ ਕਿੰਨੇ ਦੀਆਂ ਸੇਲ ਕੀਤੀਆਂ ਨੇ? 6 ਲੱਖ ਦੀਆਂ ਜੀ। 6 ਲੱਖ ਦੀਆਂ? ਹਾਂ ਜੀ। ਤੇ ਕਿੰਨਵਾਂ ਸੂਆ ਸੂਈਆਂ ਹੋਈਆਂ ਨੇ? ਇਹ ਦੂਸਰਾ, ਦੋਨੇ ਦੂਜਾ। ਦੂਸਰਾ ਸੂਆ, ਠੀਕ ਹੋ ਗਿਆ। ਲਓ ਜਨਾਬ, ਇਹਨਾਂ ਕੋਲੋਂ ਇਹ ਮੱਝਾਂ ਲਈਆਂ ਨੇ ਏਡੀ ਸਾਹਿਬ ਤੋਂ, ਸਾਡੇ ਵੀਰ ਇਹਨਾਂ ਨੂੰ ਜਾਣਦੇ ਵੀ ਨੇ ਬੜੀ ਅੱਛੀ ਤਰ੍ਹਾਂ, ਅਤੇ ਖਾਲਸ ਸਾਹਿਬ ਨੇ ਮੱਝਾਂ ਖਰੀਦੀਆਂ ਨੇ, ਉਹ ਲਾਲਾ ਮੂਸਾ ਖਾਰੀਆਂ ਤੋਂ ਆਏ ਨੇ। 6 ਲੱਖ ਦੀਆਂ ਦੋਨੇ ਮੱਝਾਂ ਲਈਆਂ ਨੇ, ਦੂਸਰਾ ਸੂਆ ਸੂਈਆਂ ਹੋਈਆਂ ਨੇ, ਦੋਨਾਂ ਦੇ ਪਿੱਛੇ ਕੱਟੀਆਂ ਨੇ। ਅਤੇ ਜਨਾਬ, ਇਹ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਵੀਰ, ਸਾਡੇ ਭਰਾ ਸਾਡੇ ਨਾਲ ਮੁਹੱਬਤ ਇਸ ਤਰ੍ਹਾਂ ਹੀ ਰੱਖਣਗੇ, ਅਤੇ ਸਾਡਾ ਵੀ ਦਿਲ ਕਰਦਾ ਜਨਾਬ ਕਿ ਅਸੀਂ ਅੱਛੇ ਤੋਂ ਅੱਛਾ ਜਾਨਵਰ ਲੈ ਕੇ ਆਈਏ। ਜਨਾਬ, ਇਹ ਖਾਲਸ ਸਾਹਿਬ ਦੇ ਨਾਲ ਆਏ ਨੇ, ਉਹਨਾਂ ਦੇ ਬਾਈ ਨੇ, ਇਹਨਾਂ ਕੋਲ ਪੁੱਛਾਂਗੇ ਕਿ ਚਾਚਾ ਜੀ ਤੁਸੀਂ ਆਏ ਹੋ, ਤੁਹਾਨੂੰ ਕੋਈ ਜ਼ਿਆਦਤੀ ਤਾਂ ਨਹੀਂ ਹੋਈ, ਕੋਈ ਧੋਖਾ, ਕੋਈ ਠੱਗੀ ਤਾਂ ਨਹੀਂ ਕੀਤੀ ਅਸੀਂ? ਚਾਚਾ ਜੀ ਜ਼ਰਾ ਨਾ ਆਪਣੇ ਖਿਆਲਾਤ ਦਾ ਇਜ਼ਹਾਰ ਕਰਿਆ ਜੇ ਕਿ ਤੁਸੀਂ ਇੱਥੇ ਆਏ ਹੋ, ਤੁਹਾਡੇ ਨਾਲ ਕੋਈ ਧੋਖਾ, ਕੋਈ ਠੱਗੀ ਤਾਂ ਨਹੀਂ ਕੀਤੀ? ਬਿਲਕੁਲ ਕੋਈ ਧੋਖਾ ਨਹੀਂ, ਕੋਈ ਠੱਗੀ ਨਹੀਂ, ਇਹ ਕਿਸੇ ਕਿਸਮ ਦੀ ਨਹੀਂ, ਅਤੇ ਕਿਸੇ ਕਿਸਮ ਦੀ ਹਾਰ ਨਹੀਂ। ਸਾਨੂੰ ਮਾਮਾ ਨੇ ਤਿੰਨੋਂ ਕਾ ਬਿਲਕੁਲ ਸਾਰੇ ਪਾਸਿਓਂ ਸਾਡੇ ਨਾਲ ਰਹੇ ਨੇ। ਮੱਝਾਂ ਸਾਨੂੰ ਆਪਣੀ ਮਰਜ਼ੀ ਜਿਸ ਲਈਆਂ ਨੇ, ਦੋ ਮੱਝ ਸਾਡੇ ਪਸੰਦ ਨਹੀਂ ਆਈਆਂ, ਉਹ ਸਾਗਰ ਨਹੀਂ ਤੱਕਣੀ, ਰਾਤ ਫਿਰ ਬਦਲੀ ਜਾਂਦੀ, ਫਿਰ ਜਾ ਕੇ ਮੱਝ ਲਿਆਉਂਦੀ, ਲੁੱਡਣ ਦੀ ਲਿਆਉਂਦੀ ਹੈ, ਇੱਕ ਰਾਵੀ ਦੀ ਜਾ ਕੇ ਲਿਆਉਂਦੀ, ਨੀਲੀ ਦੀ, ਨੀਲੀ ਦੀ, ਉਹ ਜਾ ਕੇ ਤੀਆਂ ਨੇ। ਤਾਂ ਬਹੁਤ ਅੱਛਾ ਕੀਤਾ ਨੇ ਸਾਡੇ ਨਾਲ। ਔਰ ਮਜ਼ੇ ਦੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਿਆਂ ਕਿ ਅੱਜ ਤੋਂ ਕੋਈ 3 ਮਹੀਨੇ ਪਹਿਲੇ ਬਾਈ ਹਰੀ ਆਏ ਸੀ, ਉਦੋਂ ਵੀ ਇਹਨਾਂ ਨੇ 6 ਲੱਖ ਦੀਆਂ ਮੱਝਾਂ ਲਈਆਂ ਸੀ, ਦੋ, ਉਦੋਂ ਵੀ ਦੋ ਮੱਝਾਂ ਲੈ ਕੇ ਗਿਆ ਸੀ, ਦੁਬਾਰਾ ਫਿਰ ਆਏ ਨੇ, ਅਤੇ ਦੋ ਮੱਝਾਂ ਪਸੰਦ ਕਰਕੇ ਛੱਡਤੀਆਂ ਕਿ ਬਾਈ ਜਾਨ ਅਸੀਂ ਇਹ ਨਹੀਂ ਲੈਣੀਆਂ। ਚੁਆਈਆਂ ਲਈਆਂ, ਬਿਲਕੁਲ ਠੀਕ ਸਨ, ਲੇਕਿਨ ਨਹੀਂ, ਦਿਲ ਮੁਤਮਿਨ ਨਹੀਂ ਉਹਨਾਂ ਦਾ ਹੋਇਆ। ਅਸੀਂ ਨਹੀਂ ਕਿਹਾ ਕਿ ਤੁਸੀਂ ਚੁਆਈਆਂ ਲੈ ਲਈਆਂ ਨੇ, ਆਪਣੀ ਗੱਲ ਹੋ ਗਈ, ਤੁਸੀਂ ਭਾਈ ਜੀ ਹੁਣੇ ਲਵੋ, ਬਿਲਕੁਲ ਗਲਤ ਗੱਲ ਹੈ। 6 ਦਿਨ ਹੋ ਗਏ ਉਹਨਾਂ ਨੂੰ ਆਇਆਂ ਨੂੰ, ਠੀਕ ਹੈ ਜੀ, ਜਿਹੜੀਆਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਸੰਦ ਕੀਤੀਆਂ ਨੇ, ਅਸੀਂ ਜਨਾਬ ਉਹੀ ਉਹਨਾਂ ਨੂੰ ਲੈ ਕੇ ਦਿੱਤੀਆਂ ਨੇ। ਪਹਿਲੇ ਵੀ ਇਹ ਆਏ ਸੀ, ਅਤੇ ਆਮਰ ਨਾਮ ਦਾ ਮੁੰਡਾ ਸੀ, ਭਤੀਜਾ ਸੀ ਜੀ ਚਾਚਾ ਜੀ ਦਾ, ਜਿਨ੍ਹਾਂ ਨੇ ਹੁਣ ਇਹ ਵਿੱਚ ਦੱਸਿਆ ਹੈਗਾ ਸਾਰੀ ਗੱਲ ਕੀਤੀ। ਚਾਚਾ ਸ਼ੌਕਰ ਸਾਹਿਬ ਦਾ ਭਤੀਜਾ ਸੀ, ਉਹ ਆਇਆ ਸੀ, ਦੋ ਮੱਝਾਂ ਲੈ ਕੇ ਗਿਆ ਸੀ, ਉਦੋਂ ਵੀ 6 ਲੱਖ ਦੀਆਂ ਲਈਆਂ ਸੀ, ਹੁਣ ਫਿਰ ਆਏ ਨੇ ਜਨਾਬ, ਉਹਨਾਂ ਨੇ ਦੋ ਮੱਝਾਂ ਹੁਣ ਫਿਰ ਲਈਆਂ ਨੇ। ਅਤੇ ਬਾਕੀ ਜਨਾਬ, ਅਗਰ ਕੋਈ ਗਲਤੀ ਕੁਤਾਈ ਹੋਏ ਤਾਂ ਉਹਦੀ ਮਾਜ਼ਰਤ, ਮੇਰਾ ਕੈਮਰਾਮੈਨ ਤੁਹਾਨੂੰ ਮੱਝਾਂ ਦਿਖਾਏਗਾ ਜਨਾਬ, ਲੋਡ ਕਰਵਾ ਰਹੇ ਹਾਂ ਅਸੀਂ ਡਾਲੇ ਦੇ ਵਿੱਚ। ਅਤੇ ਇਹ ਜੀ ਮੱਝ ਨੰਬਰ 1 ਹੈਗੀ ਹੈ, ਇਹ ਜੀ ਇਹਦਾ ਬੱਚਾ ਹੈਗਾ, ਕੱਟੀ ਹੈ ਪਿੱਛੇ ਇਹਦੇ ਵੀ, ਦੋਨੇ ਮੱਝ
छे लाख दी दोने मझा उन्होंने खरीदिया ने ते बड़ी तसली नाल जनाब पूरा सी उन्होंने नीली का इलाका फिर जनाब लुडन लैके गए है सारा इलाका फिराया है ते ये नहीं क्या है कि जनाब तुसी फिर आ जाए जे तुहानू नहीं पसंद कैमरामैन साहब आओ नाले माझ दिखाओ दूसरी माझ नंबर दो भी दिखा दिओ ते ये नहीं क्या है कि जनाब तुसी मझा तुहानू नहीं पसंद तो फिर आ जाए जे या तुसी ये ही लवो ऐसी कोई गल नहीं हैगी क्योंकि पैसे भर के चीज़ लैनी है तो सानू तो बड़ी खुशी होंदी है कि साढ़े भरा साढ़े को चल के आते हैं तो ये साड़ी भी इज्जत है। फड़ो यार माझ नूं फड़ो ऐ जी माझ नंबर दो हैगी है ऐ दा बच्चा बैठा है ये पिछे भी कट्टीए ये भी दूसरा सूआ सूईए लो जनाब ए माझ नंबर दो है ये भी लोड करवाण लगे हाँ कि वो थोड़ी पराली घट सी डाले दे थोड़ी होर सिट के तो दूसरी माझ भी पान लगे हाँ तो जनाब अगर कोई गलती कुताई होए तो वो माजरत तो असी इंशाल्लाह उम्मीद करांगे कि साढ़े भरा साढ़े नाल मुहब्बत और प्यार इंज ही रखणगे तो अपने चैनल नूं सबसक्राइब करनगे जिन्हां वीरां ने नहीं किया है। जिंदगी रही तो मिलांगे एक नई वीडियो के नाल अपने मेज़बान फैसल जोयन दो इजाजत अल्लाह हाफिज़।